ਇਹ ਜਸਵੀਰ ਸਿੰਘ ਨਾਮ ਦਾ ਬੰਦਾ ਸੀ ਜਿਹੜਾ ਮੋਰਿੰਡਾ 'ਚ ਬੇਅਦਬੀ ਹੋਈ ਸੀ ਉਹਦਾ ਦੋਸ਼ੀ ਸੀਗਾ। ਸੋ ਇਹਦੀ ਕੱਲ੍ਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਹਸਪੀਟਲ 'ਚ ਐਡਮਿਟ ਹੋਇਆ ਸੀ ਅਤੇ ਰਾਤ ਨੂੰ 9 ਵਜੇ ਦੀ ਡੈਥ ਹੋ ਗਈ। ਸੋ ਜਿਹੜਾ ਜੁਡੀਸ਼ਲ ਇਨਕੁਐਸਟ ਹੋਣੀ ਹੈ, ਜੁਡੀਸ਼ਲ ਆਫਿਸਰ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਜਾਣੀ ਹੈ। ਉਹਨਾਂ 'ਤੇ ਦੇਖ ਰਹੇ ਜੱਜ ਸਾਹਿਬ ਕਿ ਕਿਹਨੂੰ ਡਿਊਟੀ ਲਾਉਣੀ ਹੈ। ਉਸ ਤੋਂ ਬਾਅਦ ਜੁਡੀਸ਼ਲ ਇਨਕੁਐਸਟ ਹੋਊਗੀ, ਨਾਲ ਹੀ ਪੋਸਟਮਾਰਟਮ ਕੀਤਾ ਜਾਊਗਾ ਅਤੇ ਬਾਡੀ ਹੈਂਡਓਵਰ ਕਰ ਦਿੱਤੀ ਜਾਊਗੀ। ਸਰ ਕਦੋਂ ਲਿਆਂਦਾ ਗਿਆ ਸੀ ਮਾਨਸਾ ਜੀ? ਇਹ 29 ਤਰੀਕ ਨੂੰ ਮਾਨਸਾ ਜੇਲ੍ਹ 'ਚ ਆਇਆ ਸੀਗਾ ਅਤੇ ਕੱਲ੍ਹ ਇਹਨੂੰ ਹੋਸਪਿਟਲ ਰੈਫਰ ਕੀਤਾ ਸੀਗਾ। ਜਿਹੜੇ ਜੇਲ੍ਹ 'ਚ ਡਾਕਟਰ ਸੀਗੇ ਉਹਨਾਂ ਨੇ ਸਿਵਲ ਹੋਸਪਿਟਲ ਭੇਜਿਆ ਸੀ। ਸਰ ਪਰਿਵਾਰਕ ਮੈਂਬਰ ਆ ਰਹੇ ਹੈ, ਜੇਕਰ ਨਹੀਂ ਆਉਂਦੇ ਫਿਰ ਪੋਸਟਮਾਰਟਮ ਦਾ ਕੀ? ਪਰਿਵਾਰਕ ਮੈਂਬਰਾਂ ਨੂੰ ਅਸੀਂ ਇਨਫੋਰਮ ਕੀਤਾ, ਇਨਫੋਰਮ ਕਰਕੇ ਉਹਨਾਂ ਨਾਲ ਗੱਲ ਹੋਈ ਹੈ। ਸੋ ਜੇ ਉਹ ਨਹੀਂ ਵੀ ਆਉਂਦੇ ਤਾਂ ਕੋਈ ਆਈਡੈਂਟੀਫਾਈ ਕਰਕੇ ਉਸ ਤੋਂ ਬਾਅਦ ਪੋਸਟਮਾਰਟਮ ਹੋ ਜਾਊਗਾ। ਸਰ ਮਾਨਸਾ ਹੀ ਉਹਨਾਂ ਪੋਸਟਮਾਰਟਮ ਕਿਆ? ਨਹੀਂ, ਪੋਸਟਮਾਰਟਮ ਪਟਿਆਲੇ ਹੋਊਗਾ, ਜਿਹੜਾ ਮੈਡੀਕਲ ਕਾਲਜ ਹੈ ਉੱਥੇ।